ਇੱਕ ਨਵਾਂ ਗੀਤ ਬਹੁਤ ਛੇਤੀ ਤੁਹਾਡੇ ਰੂਬਰੂ ਕਰਾਂਗੇ। ਸਪੈਸ਼ਲੀ ਗੱਲ ਕਰਨ ਲੱਗਾ ਮੇਰੇ ਵਰਗੇ ਉਹਨਾਂ ਮੂਰਖ ਲੋਕਾਂ ਦੀ ਜਿਨ੍ਹਾਂ ਕੋਲ ਦੋ ਪੈਸੇ ਆ ਜਾਣ ਜਾਂ ਵਧੀਆ ਗੱਡੀ ਆ ਜਾਏ ਜਾਂ ਇੱਕ ਦੋ ਗਾਣਾ ਚੱਲ ਜਾਏ। ਕਈ ਵਾਰੀ ਦਿਮਾਗ ਖਰਾਬ ਹੋ ਜਾਂਦਾ, ਇਨਸਾਨੀਅਤ ਨੂੰ ਭੁੱਲ ਜਾਂਦੇ ਆ। ਪਿਆਰ ਨਾਲ ਏਦਾਂ ਹੀ ਖੜੇ ਰਹੋ ਸਾਰੇ, ਜਿੱਥੇ ਚੰਗੀ ਲੱਗੇ ਤਾਂ ਜ਼ਰੂਰ ਤਾੜੀਆਂ ਵਜਾਇਆ ਕਰੋ ਖੁੱਲ ਕੇ। ਸਭ 5-10 ਮਿੰਟ ਮੈਂ ਆਪਣੀ ਮਰਜ਼ੀ ਕਰ ਲਾਂ, ਫਿਰ ਆਪਾਂ ਨੱਚਣ ਵਾਲਾ ਕੰਮ ਕਰਦੇ ਹਾਂ ਸ਼ੁਰੂ। ਹਾਂਜੀ ਦੀ ਆਦਤ ਮੇਰੇ ਵਰਗੇ ਦੀ।
ਪਹਿਲਾਂ ਉਂਗਲੀ ਫੜ ਲਈ ਫਿਰ ਪੂੰਝਾ ਫੜ ਲਈ ਫਿਰ ਬਾਹ ਫੜ ਲਈ ਫਿਰ ਤਾਂ ਸੁਣਦੇ ਆ ਜੱਫੀ ਪਾ ਕੇ ਥੱਲੇ ਹੀ ਉੱਡ ਲਓ ਬੰਦੇ ਜੀ ਦੇ ਸਿਰ ਤੇ ਉੱਚਾ ਉੱਡਦੇ ਉਹਨੂੰ ਨੀਵਾਂ ਵਖਾਉਂਦੇ ਨੇ ਗਿਰਗੜਨਾ ਬਦਲਾ ਮੈਂ ਬਿਲਿਆ ਲੋਕੀ ਰੰਗ ਵਟਾਉਂਦੇ ਨੇ ਚੇਅਰਮੈਨ ਸਾਹਿਬ ਉਹਨਾਂ ਦਾ ਵੈਲਕਮ ਕਰਦੇ ਆ ਜੀ ਹਾਂ ਵਿੱਕੀ ਕੁਲਾਰ ਜੀ ਡੀ ਆਰ ਭੱਟੀ ਸਾਹਿਬ ਰਿਟਾਇਰ ਡੀ ਜੀ ਪੀ ਉਹ ਵੀ ਖਾਸ ਤੌਰ 'ਤੇ ਪਹੁੰਚੇ ਆ ਜੀ ਹਾਂ ਵੈਲਕਮ ਐਂਡ ਨਮਸਕਾਰ ਆ ਸਾਰਿਆਂ ਦਾ ਸਤਿਕਾਰਯੋਗ
ਸ੍ਰੀ ਜਵਾਨਾ ਸਾਹਿਬ ਨੂੰ ਬਹੁਤ ਸਾਰਾ ਚੇਅਰਮੈਨ ਸਾਹਿਬ ਨੂੰ ਬਹੁਤ ਸਾਰਾ ਪਿਆਰ ਹੈ, ਬਹੁਤ ਸਾਰਾ ਮਾਣ ਹੈ। ਹਰ ਪ੍ਰਧਾਨ ਸਾਹਿਬ ਸਾਡੇ ਕੋਲ ਫੋਟੋਆਂ 'ਚ ਬਿਜੀ ਨੇ। ਗੱਲ ਮਾਇਆ ਦੀ ਨਹੀਂ ਹੈ, ਗੱਲ ਪਿਆਰ ਦੀ ਹੈ। ਪਿਆਰ ਦੱਸੋ ਲੈ ਕੇ ਜਾਣਾ, ਪਿਆਰ ਲਈ ਆਉਂਦੇ ਆ। ਤੇ ਬਾਕੀ ਅਗਲੀ ਕਾਰਵਾਈ ਜਿਹੜੀ ਹੈ ਉਹ ਤੁਹਾਡੀ ਸੇਵਾ ਦੇ ਸਿਰ ਆਸ਼ੀ ਚੋਪੜਾ ਜੀ ਪੇਸ਼ ਕਰਨਗੇ। ਪਰ ਉਸ ਤੋਂ ਪਹਿਲਾਂ ਜਿੰਦਾਬਾਦ ਤੇ ਸੁਨੀਤਾ ਖੰਨਾ। Gracias.
ਸਾਡੀ ਸਰਕਾਰ ਜੋ ਧਰਮ ਅਤੇ ਵਿਰਸਾ ਧਰਮ ਅਤੇ ਵਿਰਸਾ ਕਲੱਬ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ, ਮੈਂ ਸਮਝਦਾ ਕਿ ਜੇ ਐਤਕੀ ਮੇਲਾ ਲੱਗਿਆ ਹੈਗਾ ਇਹ ਕਮੇਟੀ ਦੀ ਬਹੁਤ ਮਿਹਨਤ ਸਦਕਾ ਮੇਲਾ ਲੱਗਿਆ। ਬੜੇ ਸੱਜਣਾਂ ਨੇ ਪਿੱਠ 'ਚ ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਸੱਚਾਈ ਨੇ ਅੱਜ ਮੇਲਾ ਲਵਾਤਾ। ਮੈਂ ਇਸ ਗੱਲ ਦੀ ਇਸ ਟੀਮ ਨੂੰ ਮੁਬਾਰਕਬਾਦ ਦਿੰਦਾ। ਅਤੇ ਉੱਥੇ ਹੀ ਇੱਕ ਅੱਜ ਜਿੱਥੇ ਆਪਾਂ ਰਾਵਣ ਨੂੰ ਜਾਲਣਾ, ਬਦੀ ਦਾ ਜਿਹੜਾ ਅੰਤ ਕਰਨਾ ਅਤੇ ਨੇਕੀ ਦਾ ਜਿਹੜਾ ਫਰਕ ਦੱਸਣਾ, ਅਤੇ ਅੱਜ ਉਹਨਾਂ ਲੀਡਰਾਂ ਨੂੰ ਵੀ ਮੈਂ ਕਹਿ ਕੇ ਜਾਣਾ ਚਾਹੁੰਦਾ ਵੀ ਹਜ਼ਰ ਤੁਹਾਡਾ ਵੀ ਇਹੀ ਹੋਣਾ ਜੇ ਤੁਸੀਂ ਬੇਈਮਾਨੀਆਂ ਕਰਨੋਂ ਨਾ ਹਟੇ ਅਤੇ ਅਸੀਂ ਭਗਵਾਨ ਦੇ ਚਰਨਾਂ 'ਚ ਅੱਜ ਬੇਨਤੀ ਕਰਦੇ ਹਾਂ ਵੀ ਭਗਵਾਨ ਇਹ ਬੇਈਮਾਨ ਲੋਕਾਂ ਨਾਲ ਵੀ ਇਹੀ ਹਜ਼ਰ ਕਰਿਓ ਜਿਹੜੇ ਲੋਕਾਂ ਦੀਆਂ ਜੇਬਾਂ 'ਚੋਂ ਲੀਡਰ ਆਪਣੇ ਘਰਾਂ 'ਚ ਪੈਸਾ ਲੈ ਕੇ ਜਾਂਦੇ ਨੇ ਬੇਈਮਾਨੀਆਂ ਕਰਦੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਦੇ ਸ਼ੁਭ ਦਿਹਾੜੇ 'ਤੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ, ਜਿੰਨੀ ਸੰਗਤ ਇੱਥੇ ਆਈ ਆ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਭਗਵਾਨ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮੈਂ ਇਹਨਾਂ ਦੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਇਹਨਾਂ ਦੇ ਜਿਹੜੇ ਦੁੱਖ ਕਲੇਸ਼ ਉਹ ਸਾਰੇ ਖਤਮ ਕਰਨਾ। ਇੰਨਾ ਕੁਛ ਕਹਿੰਦਾ, ਧੰਨਵਾਦ ਕਰਦਾ। ਜੈ ਮਾਤਾ ਦੀ, ਜੈ ਸ਼੍ਰੀ ਰਾਮ।